ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਰਕ ਡੇਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਢੀਮਾਲੀ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ। ਤਹਿਸੀਲ ਇਹਨੂੰ ਜਿਹੜੀ ਪੈਂਦੀ ਹੈ ਉਹ ਕੋਟਕਪੂਰੇ ਦੇ ਵੀ ਦੋਸਤੋ ਨੇੜ ਹੀ ਇਹ ਪਿੰਡ ਆ, ਅਤੇ ਨਾਲ ਜੇ ਆਪਾਂ ਸ਼ਹਿਰ ਦੀ ਗੱਲ ਕਰੀਏ ਤਾਂ ਫਰੀਦਕੋਟ ਵੀ ਬਹੁਤੀ ਦੂਰ ਨਹੀਂ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ ਦੋਸਤੋ, ਵਪਾਰ ਦਾ ਬਾਈ ਦਾ ਕੰਮ ਹੈ। ਜ਼ਿਆਦਾਤਰ ਮੱਝਾਂ ਆਉਂਦੀਆਂ, ਪਰ ਜਦੋਂ ਕਿਤੇ ਕੋਈ ਚੰਗੀ ਗਾਂ ਮਿਲ ਜੇ ਤਾਂ ਉਹ ਵੀ ਵੀਰ ਲੈ ਆਉਂਦਾ। ਅੱਜ ਤੁਹਾਨੂੰ ਇੱਕ ਬਹੁਤ ਸੋਹਣੀ ਚੰਗੀ ਗਾਂ ਦਿਖਾਉਣ ਲੱਗਾ ਦੋਸਤੋ, ਬਹੁਤ ਸੋਹਣੇ ਥਣਾਂ ਦੀ, ਚੰਗੇ ਹਵਾਨੇ ਦੀ। ਅਤੇ ਆਈ ਵੀ ਬਾਈ ਦੱਸਦਾ ਸੀ ਫਾਰਮ 'ਚੋਂ ਹੈ, ਗੋਹਾ ਇਹਦੇ ਉਵੇਂ ਲੱਗਾ ਜਿਵੇਂ ਫਾਰਮਾਂ ਦੀਆਂ ਖੁੱਲ੍ਹੀਆਂ ਗਾਵਾਂ ਨੂੰ ਲੱਗਦਾ। ਸੋ ਇਹਦੇ ਬਾਰੇ ਆਪਾਂ ਡਿਟੇਲ ਬਾਈ ਤੋਂ ਪੁੱਛਾਂਗੇ। ਇੱਕ ਤਾਂ ਇਹ ਗਾਂ, ਇਹ ਤੋਂ ਅੱਗੇ ਇੱਕ ਗਾਂ ਹੋਰ ਸਿੰਘ, ਇਹਦੇ ਜ਼ਰੂਰ ਛੋਟੇ ਛੋਟੇ ਹੈਗੇ ਆ, ਪਰ ਢਾਂਚੇ ਦੀ ਬਹੁਤ ਸੋਹਣੀ ਹੈ, ਠੰਡੀ ਸੀਲ ਹੈ। ਬਾਕੀ ਆਪਾਂ ਜਾਣਕਾਰੀ ਇਹਦੇ ਬਾਰੇ ਵੀ ਲਵਾਂਗੇ। ਅਤੇ ਇੱਕ ਤੁਹਾਨੂੰ ਦਿਖਾਉਣੀ ਹੈ ਦੋਸਤੋ, ਨੀਲੀ ਰਾਵੀ ਨਸਲ ਦੀ ਬਹੁਤ ਸੋਹਣੀ ਮੱਝ, ਟੇਢੇ ਕੱਟ ਵਾਲੀ, ਤਾਜ਼ੀ ਸੂਈ ਵੀ ਹੈ ਅਤੇ ਦੁੱਧ ਵੀ ਚੰਗਾ, ਥੋੜ੍ਹੇ ਦਿਨਾਂ ਦੀ ਸੂਈ ਥੱਲੇ ਹੀ ਤਿਆਰ ਹੈ ਬਾਈ ਦੱਸਦਾ ਸੀ। ਸੋ ਇਹ ਵੀ ਤੁਹਾਨੂੰ ਦਿਖਾਉਣੀ ਹੈ ਜਿਹੜੀ ਵਕਾਊ ਹੈ। ਸੋ ਜਾਣਕਾਰੀ ਦੋਸਤੋ ਸਾਰੀ ਲਵਾਂਗੇ, ਵੀਡੀਓ ਨੂੰ ਐਂਡ ਤੱਕ ਦੇਖਿਓ। ਜਿਹਨੂੰ ਜਿਹੜਾ ਪਸ਼ੂ ਚੰਗਾ ਲੱਗੇ ਆਪਦੀ ਤਸੱਲੀ ਕਰਕੇ ਖਰੀਦ ਲਓ, ਨੰਬਰ ਬਾਈ ਦਾ ਮੈਂ ਸਕਰੀਨ 'ਤੇ ਲਾ ਦੇਣਾ। ਸੋ ਆਓ ਵੀਰ ਨਾਲ ਗੱਲਬਾਤ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸ ਦੀ ਬਾਈ? ਹਰਜੀਤ ਸਿੰਘ। ਠੀਕ ਹੈ ਹਰਜੀਤ ਬਾਈ, ਜਿਹੜੀ ਹੈ ਪਹਿਲੇ ਨੰਬਰ 'ਤੇ ਗਾਂ, ਕਿਹਨ ਮਾਸੂ ਆਸ ਹੁੰਦੀ? ਇਹ ਦੂਜਾ ਜੀ। ਘਰੇਲੂ ਗਾਂ ਜਾਂ ਕਿਸੇ ਫਾਰਮੀ ਗਾਂ ਜੀ? ਠੀਕ ਹੈ। ਕਿੰਨਾ ਕੁ ਦੁੱਧ ਦੱਸਦੇ ਆ ਪਹਿਲੇ ਸੂਏ ਪਾਇਆ? ਇਹ 30 ਲੀਟਰ ਪਾਇਆ ਜੀ ਪਹਿਲੇ ਸੂਏ 'ਚ। ਹਾਂਜੀ। ਕਿੰਨੇ ਕੁ ਦਿਨ ਲੈ ਜੂ ਬਾਈ? ਇਹ 13 ਦਿਨ ਪਏ ਪੂਰੇ। 13 ਦਿਨ ਪਏ ਆ, ਦਿਨ ਪੂਰੇ ਹੋਣ 'ਚ? ਹਾਂਜੀ। ਕੀ ਰੇਟ ਰੱਖਿਆ ਇਹਦਾ? ਇਹਦਾ 85,000 ਤੋਰੀਆਂ। ਦੋਸਤੋ ਵੱਡੇ ਢਾਂਚੇ ਦੀ ਗਾਂ, ਵਜਨ ਚੰਗਾ, ਸੰਭੀ ਚੰਗੀ ਹੈ, ਥਣ ਦਾ ਸਾਈਜ਼ ਤੁਹਾਨੂੰ ਨੇੜੇ ਤੋਂ ਵੀ ਦਿਖਾਊਂਗਾ, ਰੰਗ ਰੂਪ ਵੀ ਬਹੁਤ ਸੋਹਣਾ। ਦੁੱਧ ਵਾਸਤੇ ਘਰੇਲੂ ਵੀਰ ਜਿਹੜਾ ਦੁੱਧ ਵਾਸਤੇ ਖਰੀਦਣੀ ਚਾਹੁੰਦਾ, ਕਿਉਂਕਿ ਇੱਕ ਤਾਂ ਥਣ ਦਾ ਸਾਈਜ਼ ਬਹੁਤ ਚੰਗਾ, ਬਾਕੀ ਰਾਜੀ ਰਹੂਗੀ ਗਾਂ, ਜਿਹੜਾ ਦੇਖਣ ਤੋਂ ਲੱਗਦਾ ਬਹੁਤ ਹੀ ਲਿੱਸੀ ਨਹੀਂ ਪੈਂਦੀ, ਸੰਭੀ ਬਹੁਤ ਸੋਹਣੀ ਆ, BCS ਜਿਹੜਾ ਬੋਡੀ ਕੰਡੀਸ਼ਨ ਸਕੋਰ ਜੇ ਦੇਖੀਏ ਤਾਂ ਉਹ ਵੀ ਚੰਗਾ ਸੂਆ। ਦੋਸਤੋ ਦੂਜਾ ਬਾਈ ਦੱਸਦਾ ਵੀ ਐਤਕੀ ਸੂ ਰਹੀ ਹੈ ਇਹ, ਅਤੇ 30 ਲੀਟਰ ਵਾਂਗੂ ਪਹਿਲੇ ਸੂਏ 'ਚ ਦੁੱਧ ਇਹਨੇ ਪਾਇਆ, ਫਾਰਮ ਦੇ ਵਿੱਚੋਂ ਕਿਸੇ 'ਚੋਂ ਲਈ ਹੈ ਬਾਈ ਨੇ। ਸੋ ਜਿਹੜਾ ਵੀਰ ਪਸੰਦ ਕਰੇ, ਭਾਰੀ ਗਾਂ ਪੂਰੀ, ਠੰਡੀ ਸੀਲ ਫੁੱਲ ਰਹੂਗੀ, ਕਿਉਂਕਿ ਰੱਸਾ ਪਾਏ ਤੋਂ ਤੁਰਦਾ ਹੀ ਉਹ ਵੀ ਜਿੱਧਰ ਨੂੰ ਵੀਰ ਤੋਰਦਾ ਉੱਧਰ ਨੂੰ ਤੁਰ ਪੈਂਦੀ ਹੈ, ਹਵਾਨੇ 'ਤੇ ਨਾੜਾਂ ਵੀ ਚੰਗਾ ਕੱਢਦੀ ਆਉਂਦੀ ਹੈ। ਅਜੇ 13 ਦਿਨ ਪਏ ਆ, ਥਣ ਦਾ ਸਾਈਜ਼ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਚੰਗਾ, ਮਿਲਕਵੇਨ ਦੋਨਾਂ ਸਾਈਡ ਤੋਂ ਆਉਂਦੀ ਹੈ। 85,000 ਮੁੱਲ ਆ ਦੋਸਤੋ, ਅਤੇ ਵਿੱਚੋਂ ਮਾਣ ਤਾਂ ਜ਼ਰੂਰ ਇਹਦੇ 'ਚੋਂ ਥੋੜ੍ਹਾ ਬਹੁਤਾ ਹੋਜੂ, ਢਿੱਲ ਹਵਾਨੇ 'ਚ ਹਜੇ ਪੂਰੀ ਪਈ, ਕਿਉਂਕਿ ਜੇ 13 ਦਿਨ ਲਊਗੀ, ਨਾੜਾਂ ਇਸ ਸਾਈਡ 'ਤੇ ਵੀ ਹਵਾਨੇ ਦੇ ਕਾਫੀ ਦਿਖਾਊਗੀ, ਮਿਲਕਵੇਨ ਇੱਧਰੋਂ ਵੀ ਚੰਗੀ ਆਉਂਦੀ, ਥਣ ਦਾ ਸਾਈਜ਼ ਵੀ ਤੁਸੀਂ ਦੇਖ ਸਕਦੇ ਹੋ। ਸੋ ਭਾਰੇ ਢਾਂਚੇ ਦੀ ਪਹਿਲੇ ਨੰਬਰ 'ਤੇ ਗਾਂ, ਇੱਦੂ ਅੱਗੇ ਗਾਂ ਦੋਸਤੋ ਜਿਹੜੇ ਛੋਟੇ ਛੋਟੇ ਸਿੰਘ ਆ, ਇਹ ਵੀ ਵਿਕਾਊ ਆ। ਹਰਜੀਤ ਇਹ ਕਿਹਨ ਮਾਸੂ ਆ ਬਾਈ? ਦੋ ਨੰਬਰ 'ਤੇ ਜੀ, ਇਹ ਦੂਜਾ ਬਾਈ। ਦੂਜਾ ਸੂਆ ਇਹ ਕਿੰਨੇ ਕੁ ਦਿਨ ਲੈ ਜੂਗੀ? ਇਹਦੇ 20 ਦਿਨ ਪਏ ਆ, 28 ਤਰੀਕ ਨੂੰ 20 ਦਿਨ ਪਏ ਆ ਹਜੇ। ਠੀਕ ਹੈ। ਅੱਛਾ, ਪਹਿਲੇ ਸੂਏ ਦਾ ਦੁੱਧ ਕਿੰਨਾ ਕੁ ਸੀ? ਇਹਦਾ 19 ਲੀਟਰ ਵੀਰੇ। ਠੀਕ ਹੈ। ਇਹਦਾ ਰੇਟ ਕੀ ਰੱਖਿਆ ਬਾਈ? ਇਹਦਾ 70,000। 70,000। ਅੱਛਾ, ਸਿੰਘਾਂ ਦੀ ਕੋਈ ਦਿੱਕਤ ਤਾਂ ਨਹੀਂ ਹੈ ਵੈਸੇ, ਦਾਗ ਨਾਲੋਂ ਹੀ ਰਹਿ ਗਏ? ਠੀਕ ਹੈ ਦੋਸਤੋ, 70,000 ਰੇਟ ਆ ਤੋਰੀ ਬਈ ਨੂੰ ਜੀ। ਸਿੰਘ ਬਾਈ ਦੱਸਦਾ ਵੀ ਇਹ ਸਿਰਫ ਦਾਗ ਨਾਲੋਂ ਕਿਸੇ ਵੀਰ ਨੇ ਛੱਡਤੇ, ਬਰੀਡ ਇਹਦੀ ਵੀ HFE ਹੈ। 70,000 ਮੁੱਲ ਹੈ ਅਤੇ ਹਜੇ 20 ਦਿਨਾਂ ਦੀ ਕੱਚੀ ਹੈ, ਪਵਾਨਾ ਚੰਗਾ ਬਣਾਊਗੀ, ਅਜੇ ਟਾਈਮ ਪਿਆ, ਠੰਡੀ ਸੀਲ ਆ, ਤੁਹਾਡੇ ਸਾਹਮਣੇ ਹੀ ਖੋਲ੍ਹੀ ਹੈ ਵੀਰ ਨੇ, ਸਾਹਮਣੇ ਹੀ ਤੋਰ ਰਹੇ ਹਾਂ, ਬਾਕੀ ਤੁਸੀਂ ਆਪਦੀ ਤਸੱਲੀ ਕਰ ਲਓ, ਕਿਉਂਕਿ ਸਿੰਘ ਜਿਹੜੇ ਸਾਹਮਣੇ ਦਿਸਦੇ ਆ ਉਹ ਕੋਈ ਲੁਕਾਉਣ ਵਾਲੀ ਗੱਲ ਨਹੀਂ, ਉਹ ਸਾਹਮਣੇ ਹੈਗੇ ਆ। ਥਣ ਦਾ ਸਾਈਜ਼ ਇਹਦਾ ਵੀ ਬਹੁਤ ਸੋਹਣਾ ਰਹੂਗਾ, ਢਾਂਚਾ ਵੀ ਇਹਦਾ ਚੰਗਾ, ਕੱਦ ਕਾਫੀ ਹੈ, ਵੇਲ ਚੰਗੀ ਹੈ, ਬਾਕੀ ਜਿਹਨੂੰ ਪਸੰਦ ਹੋਵੇ ਕਾਲ ਉਸ ਵੀਰ ਨੇ ਕਰਨੀ ਹੈ, ਆ ਕੇ ਆਪਦੀ ਤਸੱਲੀ ਤੁਸੀਂ ਕਰ ਸਕਦੇ ਹੋ, ਹਵਾਨਾ ਦੇਖ ਸਕਦੇ ਹੋ ਦੋਸਤੋ, ਚੰਗਾ ਬਣਾ ਜੂਗੀ, ਥਣ ਦਾ ਸਾਈਜ਼ ਵੀ ਸੋਹਣਾ। ਸੋ ਇਹ 2 ਨੰਬਰ ਉੱਤੇ ਗਾਂ ਸੀਗੀ ਬਾਈ ਕੋਲ। ਇੱਕ ਦੋਸਤੋ ਇੱਧਰ ਨੀਲੀ ਰਾਵੀ ਨਸਲ ਦੀ ਮੱਝ ਹੈ, ਬੱਚੇ ਦੇ ਨਾੜੂਆ ਨਾਲ ਥੋੜ੍ਹੇ ਦਿਨਾਂ ਦੀ ਸੂਈ ਹੋਊਗੀ, ਬਾਕੀ ਜਾਣਕਾਰੀ ਬਾਈ ਤੋਂ ਲੈਂਦੇ ਹਾਂ। ਹਰਜੀਤ ਇਹ ਕਹਿਣ ਮਾਸੂ ਆ ਸੂਤੀ ਬਾਈ? ਇਹ ਬਾਈ ਦੂਜਾ ਜੀ। ਕਿੰਨੇ ਦਿਨ ਹੋ ਗਏ ਸੂਈ? 6ਵਾਂ ਦਿਨ ਆ ਜੀ। 6ਵਾਂ ਦਿਨ। ਦੁੱਧ ਹੁਣ ਕਿੰਨਾ ਹੋਊਗਾ? 11 ਕਿਲੋ ਪੂਰਾ ਤੋਲਣ ਵਾਲਾ ਜੀ। ਕੰਡੇ ਤੋਲਣ ਵਾਲਾ 11 ਕਿਲੋ, 6ਵੇਂ ਦਿਨ ਹੀ ਹੈਗਾ? ਹਾਂਜੀ। ਠੀਕ ਹੈ। ਬੱਚਾ ਕੀ ਇਹਦੇ ਨਾਲ? ਇਹ ਕੱਟੀ ਹੈ ਜੀ ਮਗਰ। ਰੇਟ ਇਹਦਾ ਕੀ ਰੱਖਿਆ ਬਾਈ? ਇਹਦਾ ਵੀਰੇ 94,000 ਰੁਪਈਆ। 94,000 ਤੋਰੀਆਂ ਨੂੰ। ਦੋਸਤੋ ਚਾਰੇ ਪੈਰਾਂ 'ਤੇ ਵਾਈਟ ਨਿਸ਼ਾਨ, ਟੇਢਾ ਕੱਟ, ਅੱਖ ਤੁਹਾਡੇ ਸਾਹਮਣੇ ਆ, ਬਹੁਤ ਸੋਹਣੀ ਹੈ। ਦੂਜਾ ਸੂਆ ਸੂਈ ਵੀ ਹੈ, ਦਿਨ 6 ਹੋਏ ਆ ਸੂਈ ਨੂੰ, ਅਤੇ 11 ਕਿਲੋ ਦੁੱਧ ਇਹਦੇ ਥੱਲੇ ਤਿਆਰ ਆ। ਇਸ ਹਿਸਾਬ 'ਤੇ ਜੇ ਆਪਾਂ ਦੇਖਦੇ ਹਾਂ ਤਾਂ ਦੁੱਧ ਚੰਗਾ ਪਾਊਗੀ, ਸਿੰਗਲ ਉੱਤੋਂ ਹੱਡੀ ਦਿਸੂਗੀ,
ਹਵਾਨਾ ਜਿਹੜਾ ਉਹ ਦੋਸਤੋ ਪੱਟਾਂ ਦੇ ਸੰਨ ਚ ਲੱਤਾਂ ਦੇ ਸੰਨ ਚ ਅੱਗੇ ਨੂੰ ਵੀ ਚੰਗਾ ਹਵਾਨਾ ਦਿਖਾਉਂਦੀ ਹੈ। ਬਾਕੀ ਸੂਏ ਸੁਆਏ ਪਸ਼ੂ ਦਾ ਦੁੱਧ ਤੁਹਾਨੂੰ ਜਿੰਨਾ ਦੱਸਿਆ ਜਾਂਦਾ ਉਹ ਤੋਲ ਕੇ ਤੁਸੀਂ ਦੇਖ ਸਕਦੇ ਹੁੰਦੇ ਆ। ਟੇਢਾ ਕੱਟ, ਬਹੁਤ ਸੋਹਣੀ ਮੱਝ ਹੈ, ਚਾਰੇ ਪੈਰਾਂ ਦੇ ਉੱਤੇ ਵਾਈਟ ਨਿਸ਼ਾਨ, ਕੱਦ ਵੀ ਚੰਗਾ, ਵੇਲ ਵੀ ਚੰਗੀ ਹੈ। ਤੁਹਾਨੂੰ ਇਹਦਾ ਹਵਾਨਾ ਦਿਖਾਉਣ ਦੀ ਕੋਸ਼ਿਸ਼ ਕਰਦਾ। ਬਾਕੀ ਵੀਡੀਓ ਬਣਾਉਣ ਦਾ ਟਾਈਮ ਦੋਸਤੋ ਦੁਪਹਿਰ ਦਾ ਹੈ, ਉਹ ਜ਼ਰੂਰ ਤੁਸੀਂ ਦੇਖੋਗੇ। 1:29, 1:30 ਵੀਡੀਓ ਬਣਾ ਰਹੇ ਹਾਂ। ਸੂਏ ਸੁਆਏ ਪਸ਼ੂ ਦਾ ਹਵਾਨਾ ਉਸ ਹਿਸਾਬ 'ਤੇ ਜੱਜ ਕਰਿਆ ਕਰੋ, ਕਿਉਂਕਿ ਹਜੇ ਇਹ ਆਥਣ ਤੱਕ ਹਵਾਨੇ ਇਹਨਾਂ ਪਸ਼ੂਆਂ ਨੇ ਭਰਨੇ ਹੁੰਦੇ। ਬੱਚਾ ਕੱਟੀ ਹੈ ਅਤੇ ਕੱਟੀ ਦੇ ਪੈਰਾਂ ਦੇ ਉੱਤੇ ਮਗਰਲੇ ਪੈਰ 'ਤੇ ਵਾਈਟ ਨਿਸ਼ਾਨ ਆਇਆ ਅਤੇ ਪੂਛ ਥੋੜ੍ਹੀ ਚਿੱਟੀ, ਅੱਖ ਜਿਹੜੀ ਉਹ ਮਾਂ ਵਾਂਗੂ ਦੋਸਤੋ ਨੀਲੀ 'ਚ ਆਈ ਹੈ। ਦੇਖ ਸਕਦੇ ਹੋ ਤੁਸੀਂ ਇੱਧਰਲੀ ਅੱਖ, ਦੋਨੇ ਅੱਖਾਂ ਨੀਲੀ 'ਚ, ਮੱਥੇ 'ਚ ਵੀ ਚਾਰ ਕਵਾਲ ਚਿੱਟੇ ਦਿਖਾਉਂਦੀ ਹੈ ਕੱਟੀ। ਨਾੜੂਆ ਪਹਿਲਾਂ ਦੱਸਿਆ ਸੀ, ਨਾਲ ਉਹ ਤੁਸੀਂ ਦੇਖ ਵੀ ਲਿਆ। ਸੋ ਇਹ ਮੱਝ ਦੋਸਤੋ ਵਿਕਾਊ ਹੈ, ਦੂਜੇ ਸੂਏ ਸੂਈ ਵੀ ਹੈ। 11 ਕਿਲੋ ਦੁੱਧ ਕੰਡੇ ਉੱਤੇ ਤੋਲ ਕੇ ਲੈ ਸਕਦੇ ਹੋ। ਅਤੇ ਨਾਲ ਦੋ ਗਾਵਾਂ ਜਿਹਦੇ 'ਚ ਪਹਿਲੇ ਨੰਬਰ 'ਤੇ ਬਹੁਤ ਚੰਗੀ ਗਾਂ, ਸੋਹਣੇ ਥਣ ਹਵਾਨੇ ਦੀ, ਸੋਹਣੇ ਢਾਂਚੇ ਦੀ ਹੈ। ਇਦੋਂ ਅੱਗੇ ਇੱਕ ਗਾਂ ਹੋਰ, ਉਹ ਵੀ ਚੰਗੀ ਹੈ, ਉਹਦੇ ਸਿੰਗ ਜ਼ਰੂਰ ਹੈਗੇ ਆ। ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ।